बीते दिन श्री मुक्तसर साहिब दे मलोट विखे बीजेपी विधायक अरुण नारंग दी हुई कुटमार संबंधी पुलिस वालों कुछ किसान आगुआ नू नामजद कर दिया। करीब 300 अणपछातियां ते मामला दर्ज किया गया सी। किसान जत्थेबंदियां वालों 29 मार्च नू मलोट दे श्री गुरु नानक देव चौक विखे धरना दिता गया सी। किसान आगुआ ने दोष लाया सी कि पुलिस प्रशासन नाजायज तौर ते कई किसानां नू छापेमारियां करके तंग परेशान कर रहा है। अज मलोट दे श्री गुरु नानक देव चौक विखे भारतीय किसान यूनियन सिद्धपुर दे प्रधान जगजीत सिंह डल्लेवाल दी अगवाई च इकट्ठे होके किसानां ने खुद दियां गिरफ्तारियां दित्तियां। ਸੁਭਾਵਕ ਹੈ ਜਦੋਂ ਧਰਨਾ ਲੱਗਦਾ ਹੁੰਦਾ ਉਦੋਂ ਪ੍ਰਸ਼ਾਸਨ ਨੇ ਆ ਕੇ ਧਰਨਾ ਚਲਾਉਣਾ ਤੇ ਉਦੋਂ ਗੱਲਬਾਤ ਹੋਣੀ ਹੁੰਦੀ ਹੈ। ਧਰਨਾ ਲੱਗਣ ਦਾ ਮੇਨ ਕਾਰਨ ਇਹ ਸੀ ਕਿ ਸਾਡੇ ਬਿਨਾਂ ਉਸ ਮਾਮਲੇ ਦੇ ਵਿੱਚ ਦਰਜ ਆਪਣਾ ਸ਼ਾਮਲ ਹੀ ਨਹੀਂ ਸੀ ਸਾਡੇ ਕੁਝ ਕਿਸਾਨ ਜਿਨ੍ਹਾਂ ਕਿਸਾਨਾਂ ਨੂੰ ਸਾਡਾ ਇੱਥੋਂ ਦੇ ਪ੍ਰਸ਼ਾਸਨ ਨੇ ਚੱਕਿਆ ਔਰ ਉਹਨਾਂ ਨੂੰ ਇੱਥੇ ਕਰਨਾ ਪਾਣੀ ਜੇਲ੍ਹ ਚ ਉਹ ਬੜਾ ਰੋਸ ਸੀ ਸਾਡੇ ਸਾਰਿਆਂ ਦੇ ਮਨ ਦੇ ਅੰਦਰ। ਉਸ ਗੱਲ ਨੂੰ ਲੈ ਕੇ ਧਰਨਾ ਲੱਗਿਆ ਸੀ, ਪ੍ਰਸ਼ਾਸਨ ਨੇ ਆ ਕੇ ਕਮਿਟਮੈਂਟ ਕੀਤੀ ਸੀ ਕਿ ਅਸੀਂ ਤੁਹਾਡੇ ਕਿਸਾਨ ਰਿਹਾ ਕਰਾਂਗੇ ਜਿਨ੍ਹਾਂ ਨੂੰ ਅੱਜ ਮਤਲਬ ਰਿਹਾ ਹੋ ਚੁੱਕੇ ਨੇ, ਥੋੜੇ ਸਮੇਂ ਦੇ ਵਿੱਚ ਆਪਣੇ ਵਿੱਚ ਸ਼ਾਮਲ ਹੋ ਜਾਣਗੇ ਤੇ ਬਾਕੀ ਅੱਜ ਜਿਹੜਾ ਅਸੀਂ ਇੱਥੇ ਹੋਰ ਕਾਰੋਬਾਰ ਕੀ ਕਰ ਰਹੇ ਹਾਂ ਉਹ ਇਹ ਹੈ ਕਿ ਉਸ ਦਿਨ ਧਰਨੇ ਦੇ ਵਿੱਚ ਸਾਡੇ ਆਗੂਆਂ ਨੇ ਜਿਸ ਤਰ੍ਹਾਂ 300 ਲੋਕਾਂ ਨੂੰ ਪਰਚਿਆਂ ਦੇ ਵਿੱਚ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਹੜੇ ਇਨੋਸੈਂਟ ਲੋਕ ਨੇ ਜਿਨ੍ਹਾਂ ਨੂੰ ਨਹੀਂ ਪਤਾ ਵਿਚਾਰਿਆਂ ਨੂੰ ਜਾਂ ਤਰ੍ਹਾਂ ਤਰ੍ਹਾਂ ਦੇ ਤਰੀਕੇ ਵਰਤੇ ਗਏ ਨੇ ਔਰ ਉਹਦੇ ਆਧਾਰ ਦੇ ਉੱਤੇ ਸਾਡੀ ਲੀਡਰਸ਼ਿਪ ਨੇ ਤੇ ਜ਼ਿੰਮੇਵਾਰੀ ਲਈ ਆਪਣੇ ਮੋਢਿਆਂ ਤੇ ਕਿ ਅਸੀਂ ਆਪਣੇ ਆਪ ਨੂੰ ਜੇਲ੍ਹ ਦੇ ਵਿੱਚ ਲੈ ਜਾਣ ਦੇ ਲਈ ਤਿਆਰ ਹਾਂ। ਅਸੀਂ ਜੇਲ੍ਹ ਜਾਵਾਂਗੇ ਪਰ ਅਸੀਂ ਆਪਣੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਤਕਲੀਫ ਮੁਸ਼ਕਲ ਨਹੀਂ ਆਉਣ ਦੇਵਾਂਗੇ ਔਰ ਉਹਦੇ ਵਿੱਚ ਅੱਜ ਉਹ ਵਾਅਦਾ ਉਹ ਜਿਹੜੀ ਇਹਨਾਂ ਨੇ ਗੱਲ ਕਹੀ ਸੀ ਮੂੰਹ ਚੋਂ ਉਹ ਆਪਣੀ ਕਹੀ ਹੋਈ ਗੱਲ ਨੂੰ ਪੂਰਾ ਕਰਨ ਦੇ ਲਈ ਉਹ ਇੱਥੇ ਆਏ ਨੇ ਔਰ ਮੈਂ ਵੀ ਕਹਾ ਕਿ ਅਸੀਂ ਤਾਂ ਚਾਹੁੰਦੇ ਨਹੀਂ ਸੀਗੇ, ਬਹੁਤ ਸਾਰੇ ਉਹ ਨੌਜਵਾਨ ਵੀ ਨੇ ਜਿਹੜੇ ਜਥੇਬੰਦੀ ਦੇ ਵਿੱਚ ਪਹਿਲਾਂ ਹੀ ਪਹਿਲੀ ਵਾਰੀ ਹਜੇ ਮਤਲਬ ਪੈਰ ਲਗਾ ਸੀ ਉਹ ਨੌਜਵਾਨਾਂ ਨੇ ਵੀ ਆ ਕੇ ਇਹਦੇ ਵਿੱਚ ਜਿਨ੍ਹਾਂ ਨੇ ਇਹ ਕਿਹਾ ਕਿ ਜੇਕਰ ਸਾਡੀ ਲੀਡਰਸ਼ਿਪ ਸਾਡੇ ਲਈ ਜੇਲ੍ਹ ਜਾਂਦੀ ਆ ਸਾਡੇ ਸਾਰਿਆਂ ਦੀ ਤਕਲੀਫ਼ ਨੂੰ ਮੰਨ ਕੇ ਆਪਦੀ ਮੰਨ ਕੇ ਜੇਲ੍ਹ ਜਾਂਦੀ ਹੈ ਤਾਂ ਅਸੀਂ ਪਿੱਛੇ ਨਹੀਂ ਰਵਾਂਗੇ।